स्वामी करता पुरख है जन्याओ सच में आप कराया जो निंदा करे सतगुरु पूरे की सो सच है मार बचाया हर सत निरंजन अमर गए निरभौ निरवैर निरंकार जिन जपया एक मन एक चित तन लथा हो मैं पार जो गुरमुखर आराधे तिन संत जना जयकार कोई निंदा करे पूरे सतगुरु की ਤਿਸਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਸਤਿਗੁਰੂ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧੰਨ ਧੰਨ ਗੁਰੂ ਗੁਣ ਗਾਵਦਾ ਧੰਨ ਧੰਨ ਗੁਰੂ ਗੁਣ ਗਾਵਦਾ ਤਿਸਨੂੰ ਸਦਾ ਸਦਾ ਨਮਸਕਾਰ ਸੋ ਸਤਿਗੁਰ ਕਹੋ ਸਭ ਧੰਨ ਧੰਨ ਸ਼ਬਦ ਵਜੇ ਮਤ ਗੁਰਮਤਿ ਵਡਭਾਗੀ ਅਣਹਦ ਵਜਿਆ ਅਣਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਆਦਿ ਜਗਾਲ ਵੇਸ ਹਰ ਏਕੋ ਮਤ ਗੁਰਮਤਿ ਹਰ ਪ੍ਰਭ ਭਜਿਆ ਹਰ ਦੇਵੋ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਜਿਆ ਸਭ ਧੰਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਸਭ ਧੰਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ ਸਾ ਧਰਤ ਪਈ ਹਰ ਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰੇ ਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਾਣੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਾਣੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ
जिनी टिठा तिना ले छड़ाए बाबा नंद सिंह जी तेरी जय होवे बाबा नंद सिंह जी तेरी जय होवे सब देव ते फुल बरसाउंदे बाबा नंद सिंह जी तेरी जय होवे बाबा नंद सिंह बाबा नैन सिंह जी तोड़ी जय होवे जय होवे तेरी जय होवे जय होवे तेरी जय होवे बाबा नंद सिंह जी तेरी जय होवे बाबा नंद सिंह जी तेरी जय होवे जय होवे तेरी जय होवे जय होवे तेरी जय होवे बाबा नंद सिंह जी तेरी जय होवे सब देव ते फुल बरसाउंदे बाबा नंद सिंह जी तेरी जय होवे बाबा नंद ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋ ਹੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋ ਹੋਈ ਔਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਔਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਵੇਂ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਨਾਨਕ ਪ੍ਰਭ ਸਰਨਾਈ ਮੁੱਖ ਨਿੰਦ ਕੈ ਛਾਈ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨਰੈਣ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨਰੈਣ ਸਿੰਘ ਜੀ ਤੇਰੀ ਜੈ ਹੋਵੇ ਸਭ ਦੇਵ ਤੇ ਫੁੱਲ ਬਰਸਾਉਂਦੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ
ਸਭ ਦੇਵ ਤੇ ਫੁੱਲ ਬਰਸਾਉਂਦੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨਰੈਣ 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 ਸਿੰਘ ਜੀ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨੰਦ ਸਿੰਘ ਜੀ ਤੁਹਾਡੀ ਜੈ ਹੋਵੇ ਸਭ ਦੇਵ ਤੇ ਫੁੱਲ ਬਰਸਾਉਂਦੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਸਭ ਦੇਵ ਤੇ ਫੁੱਲ ਬਰਸਾਉਂਦੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ 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 ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਉਰੇ ਨੂੰ ਕਰਦੇ ਵਡਿਆਈ ਸੱਚੇ ਨਾਮ ਕੀ ਹੋਂ ਜੀਵਾ ਸੁਣ ਸੁਣੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਾਕਤ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਬਾਬਾ ਜੀ ਨੇ ਮਹਾਨ ਕਿਰਪਾ ਕੀਤੀ ਹੈ ਇਹ ਦਿੱਲੀ ਗੁਲਾਬੀ ਬਾਗ ਦੇ ਵਿੱਚ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਪਹਿਲਾਂ 1969 ਵਿੱਚ ਚਰਨ ਪਾ ਕੇ ਇਸ ਧਰਤੀ ਨੂੰ ਸਫਲ ਕੀਤਾ ਜਿੱਥੇ ਬੈਠਣ ਸਾਧ ਜਨ ਸੋ ਥਾਨ ਸਹੰਦਾ ਸੇਵਣ ਸਮਰੱਥ ਆਪਣੇ ਬਿਨਸੇ ਸਭ ਮੰਦਾ ਬਾਬਾ ਜੀਆਂ ਨੇ ਐਸੀ ਮਿਹਰ ਕੀਤੀ ਇਸ ਜਗ੍ਹਾ 'ਤੇ ਪਹਿਲਾਂ ਸਾਡੇ ਬਾਬਾ ਅਮਰ ਸਿੰਘ ਜੀ ਉਹ ਬੜੀ ਉਹਨਾਂ ਨੇ ਸੇਵਾ ਕਰਨ ਨਿਭਾਈ ਉਪਰੰਤ 87 ਦੇ ਵਿੱਚ
ਬਾਬਾ ਨਰਾਇਣ ਸਿੰਘ ਜੀ ਮਹਾਰਾਜ ਉਹਨਾਂ ਨੇ ਪੰਜ ਸਿੰਘਾਂ ਦੀ ਡਿਊਟੀ ਲਾਈ ਜਿਹਦੇ ਵਿੱਚ ਮੁਖੀ ਬਾਬਾ ਗੁਰਚਰਨ ਸਿੰਘ ਅਤੇ ਇਹ ਜਗ੍ਹਾ ਇੰਨੀ ਸੁਹਾਵਣੀ ਹੋ ਗਈ। ਇੱਥੇ ਪੂਰਨਮਾਸੀ ਮਨਾਈ ਜਾਂਦੀ ਹੈ, ਹੋਰ ਵੀ ਕਈ ਸਮਾਗਮ। ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਆਪਣੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਇਹ 7100 ਖੰਡ ਪਾਠ ਦਾ ਸਮਾਗਮ ਸ਼ੁਰੂ ਕੀਤਾ। ਆਪਣੇ ਦਾਦਾ ਗੁਰੂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਪਾਠ ਇੱਥੇ ਪ੍ਰਾਰੰਭ ਕੀਤੇ। ਕਈ ਗੇਰੀ 2 ਕੋਤਰੀਆਂ ਵੀ ਹੋਈਆਂ, 3 ਵੀ, 2.5 ਵੀ ਹੋਈਆਂ, ਅਤੇ ਹੁਣ ਅਸੀਂ ਇਹ ਹਰ ਸਾਲ 1 ਕੋਤਰੀ ਦਾ ਪ੍ਰੋਗਰਾਮ ਬਣਾਇਆ। ਆਹ ਜਿਹੜਾ ਅੱਜ ਦਾ ਸਮਾਗਮ ਹੈ, ਇਹ ਬਾਬਾ ਜੀ ਨੇ ਹੋਰ ਮਹਾਨ ਕਿਰਪਾ ਕਰ ਦਿੱਤੀ, ਫੁਰਨਾ ਬਣਾ ਦਿੱਤਾ। ਜਿਵੇਂ ਆਪਣੇ ਨਾਨਕਸਰ 13 ਮੰਜ਼ਲੇ ਸਥਾਨ 'ਤੇ ਸ੍ਰੀ ਤੁਕ ਤੁਕ ਵਾਲੇ ਸੰਪਟ ਅਖੰਡ ਪਾਠ ਹਰ ਸਾਲ 1 ਮਾਰਚ ਤੋਂ ਸ਼ੁਰੂ ਹੁੰਦੇ ਹੈ ਅਤੇ ਉੱਥੇ 25 ਮਾਰਚ ਨੂੰ ਭੋਗ ਪੈਂਦੇ ਹੈ। ਅਤੇ ਇਸੇ ਤਰ੍ਹਾਂ ਹੁਣ ਆਪਾਂ ਇਸ ਜਗ੍ਹਾ 'ਤੇ ਵੀ ਬਾਬਾ ਜੀ ਨੇ ਕਿਰਪਾ ਕਰਤੀ, ਆਪਣਾ ਇਹ 3ਜਾ ਪ੍ਰੋਗਰਾਮ ਹੈ। 2 ਸੰਪਟ ਅਖੰਡ ਪਾਠ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਇਹ ਆਪਣੇ ਇੱਥੇ ਅੱਜ ਪ੍ਰਾਰੰਭ ਹੋਣੇ ਹੈ। ਇਹਦਾ ਬਹੁਤ ਵੱਡਾ ਬਾਬਾ ਜੀ ਨੇ ਮਹੱਤਵ ਦੱਸਿਆ ਹੈ। ਜਿਵੇਂ 1 ਪਾਠ ਦਾ 100 ਸਮੇਤ ਜੱਗ ਦਾ ਫਲ ਦੱਸਿਆ ਹੈ, ਇੰਨੀ ਬਾਬਾ ਜੀ ਨੇ ਮਹਾਨ ਕਿਰਪਾ ਕੀਤੀ ਹੈ। ਇਹ ਦਿੱਲੀ ਦੀਆਂ ਸੰਗਤਾਂ ਦੇ ਬਾਬਾ ਜੀ ਨੇ ਇੱਕ ਭਾਗ ਖੋਲ੍ਹੇ ਹੈ, ਉਹਨਾਂ 'ਤੇ ਮਹਾਨ ਕਿਰਪਾ ਕੀਤੀ ਹੈ। ਬਾਬਾ ਜੀ ਕਹਿੰਦੇ ਸੀ ਭਾਈ ਇਸ ਜੱਗ ਵਿੱਚ ਜਿਹੜਾ ਵੀ ਵੱਧ ਚੜ੍ਹ ਕੇ ਆਪਣਾ ਹਿਰਦਾ ਖੋਲ੍ਹ ਕੇ ਸੇਵਾ ਕਰੇਗਾ ਅਤੇ ਬਾਬਾ ਜੀ ਨੇ ਉਹਨਾਂ ਨੂੰ ਕੋਈ ਘਾਟਾ ਨਹੀਂ ਰਹਿਣ ਦੇਣਾ, ਉਹਨਾਂ 'ਤੇ ਮਿਹਰਾਂ ਕਰਨੀਆਂ, ਉਹਨਾਂ ਦੀਆਂ ਝੋਲੀਆਂ ਭਰਨੀਆਂ। ਇਹ ਸੰਗਤਾਂ ਦੇ ਭਲੇ ਵਾਸਤੇ, ਸੰਗਤਾਂ ਦੇ ਪੁੰਨ ਵਧਾਉਣ ਵਾਸਤੇ, ਸੰਗਤਾਂ ਲਈ ਇਹ ਪਰਉਪਕਾਰ ਸਾਡੇ 'ਤੇ ਕਿਹਨੇ ਕੀਤਾ? ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ, ਉਹਨਾਂ ਨੇ ਕਿਰਪਾ ਕੀਤੀ ਹੈ, ਫੁਰਨਾ ਬਣਾਇਆ। ਅਤੇ ਇਸ ਲਈ ਅਸੀਂ ਵੀ ਹੁਣ ਜਿਵੇਂ ਉੱਧਰ ਆਪਣੇ ਬਾਬਾ ਜੀ ਦੇ ਸਮਾਗਮ ਚੱਲ ਰਹੇ ਆ ਨਾਨਕਸਰ ਕਲੇਰਾਂ ਉਸ ਧਰਤੀ 'ਤੇ, ਅਤੇ ਜਿਵੇਂ ਰਾਤ 156 ਖੰਡ ਪਾਠ ਪ੍ਰਾਰੰਭ ਹੋਏ ਹੈ, ਪਹਿਲਾਂ 112 ਖੰਡ ਪਾਠਾਂ ਦੇ ਭੋਗ ਪਾਏ ਗਏ ਹੈ। ਅਤੇ ਸਾਡੇ ਆਪਣਾ ਬਾਬਾ ਗੇਜਾ ਸਿੰਘ ਜੀ ਅਤੇ ਉਹਨਾਂ ਨੇ ਆਪਣੇ ਪਿਆਰੇ ਸੇਵਾਦਾਰ ਜਥੇਦਾਰ ਭਾਈ ਭਾਗ ਸਿੰਘ ਨੂੰ ਭੇਜਿਆ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵਾਸਤੇ। ਜਿਹੜੇ ਸਿੰਘਾਂ ਨੇ ਅੰਦਰ ਲੱਗਣਾ ਹੈ ਉਹਨਾਂ ਵਾਸਤੇ ਅੰਮ੍ਰਿਤ ਛਕਾਉਣ, ਉਹ ਵਿੱਚੋਂ ਛੱਡ ਕੇ ਸਵੇਰੇ ਆ ਗਏ ਹੈ। ਅਸੀਂ ਵੀ ਉੱਥੋਂ ਹੀ ਚੱਲ ਕੇ ਆਏ ਹਾਂ ਅਤੇ ਇਕਤੀ ਗਾਹਾਂ ਨੂੰ ਬਾਬਾ ਜੀ ਕਿਰਪਾ ਕਰਨਗੇ। ਇਸ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ 2 ਦਿਨ ਗਾਹਾਂ ਕਰਾਂਗੇ, ਬਈ ਸੰਗਤਾਂ ਨੂੰ ਉੱਥੇ ਆਉਣ ਜਾਣ ਵਾਲੀਆਂ ਨੂੰ ਦਿੱਕਤ ਨਾ ਹੋਵੇ, ਇੱਥੋਂ ਜਾਣ ਵੇਲੇ ਵੀ ਉਹਨਾਂ ਦਾ 2 ਪਾਸੇ ਮਨ ਨਾ ਹੋਵੇ। ਅਸੀਂ ਪਹਿਲਾਂ ਹੀ ਜੰਤਰੀ ਵਿੱਚ ਲਿਖਾ ਦਿੱਤਾ ਅਗਲਾ ਪ੍ਰੋਗਰਾਮ 10 ਅਕਤੂਬਰ ਨੂੰ ਸ਼ੁਰੂ ਕਰਾਂਗੇ ਅਤੇ 30 ਅਕਤੂਬਰ ਨੂੰ ਭੋਗ ਪਿਆ ਕਰਨਗੇ। 31 ਨੂੰ ਫਿਰ ਜਿਵੇਂ ਖੰਡ ਪਾਠਾਂ ਦੀ ਅਰਦਾਸ ਅਤੇ ਨਗਰ ਕੀਰਤਨ ਹੋਇਆ ਕਰੇਗਾ 1 ਅਕਤੂਬਰ ਨੂੰ, ਇਸ ਤਰ੍ਹਾਂ ਅਗਲਾ ਪ੍ਰੋਗਰਾਮ ਲੀਕ ਦਿੱਤਾ ਅਗਲੇ ਸਾਲ ਦਾ। ਇਹ ਜਿਹੜਾ ਪ੍ਰੋਗਰਾਮ ਹੈ, ਜਿਵੇਂ ਆਪ ਚੱਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ, ਨਿਤ ਨਿਤ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਬਾਬਾ ਜੀ ਨੇ ਇਹੀ ਜੀ ਮਹਾਨ ਕਿਰਪਾ ਆ ਕਲਯੁੱਗ ਦੇ ਰਾਜ ਵਿੱਚ ਬਾਣੀ ਦਾ ਪ੍ਰਵਾਹ ਸਾਡੇ 'ਤੇ ਮਹਾਨ ਕਿਰਪਾ ਕੀਤੀ ਹੈ। ਬਾਬਾ ਜੀ ਕਿਰਪਾ ਕਰਦੇ ਸੀ ਭਾਈ ਮੇਰਾ ਗੁਰੂ ਨਾਨਕ ਕਿੱਥੇ ਹੈ, ਫਿਰ ਬਾਬਾ ਜੀ ਆਪ ਹੱਥ ਕਰਕੇ ਦੱਸਦੇ ਸੀ
ਬਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ, ਉਹ ਕਿਤੇ ਗਏ ਨਹੀਂ, ਉਹ ਆਪਣੇ 'ਤੇ ਦ੍ਰਿਸ਼ਟੀ ਪਾ ਰਹੇ ਹੈ, ਆਪਾਂ ਨੂੰ ਵੇਖ ਰਹੇ ਹੈ, ਜਿਵੇਂ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਅਤੇ ਇਸ ਤਰ੍ਹਾਂ ਜਿਵੇਂ ਜਿਸ ਕੀ ਬਾਣੀ ਤਿਸ ਮੈਂ ਸਮਾਣੀ, ਨਾਨਕ ਗੁਬਤ ਵਰਤਦਾ ਪ੍ਰਗਟ ਸੰਤ ਜਨਾ। ਆਪਣੇ ਪਿਆਰਿਆਂ ਰਾਹੀਂ ਉਹ ਪ੍ਰਗਟ ਹੈ, ਅਤੇ ਸਾਨੂੰ ਇਹ ਬਹੁਤ ਵੱਡੀ ਬਾਬਾ ਜੀ ਨੇ ਸਾਡੇ 'ਤੇ ਮਹਾਨ ਕਿਰਪਾ ਕੀਤੀ ਹੈ, ਪਰਉਪਕਾਰ ਕੀਤਾ, ਇਹ ਸਾਨੂੰ ਸੇਵਾ ਲਈ ਇੱਕ ਮੌਕਾ ਬਖਸ਼ਿਆ, ਸਾਡੇ ਪੁੰਨ ਵਧਾਉਣ ਵਾਸਤੇ ਇੱਕ ਮੌਕਾ ਬਖਸ਼ਿਆ। ਬਾਬਾ ਜੀ ਕਹਿੰਦੇ ਸੀ ਇਸ ਅਰਦਾਸ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੈ, ਕੋਈ ਸੱਚੇ ਹਿਰਦੇ ਨਾਲ ਖੜ ਕੇ ਆਪਣਾ, ਬਾਬਾ ਜੀ ਕਹਿੰਦੇ ਸੀ ਉਹਨਾਂ ਦੇ ਪੁੰਨ ਵੱਧ ਜਾਂਦੇ ਹੈ, ਉਹਨਾਂ 'ਤੇ ਗੁਰੂ ਨਾਨਕ ਦੀ ਮਿਹਰ ਹੋ ਜਾਂਦੀ ਹੈ। ਆਪਣੇ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ ਹੈ, ਜਦੋਂ 1 ਮਾਰਚ ਨੂੰ ਪਾਠ 13 ਮੰਜ਼ਲੇ ਸਥਾਨ 'ਤੇ ਸ਼ੁਰੂ ਹੋਣਾ ਹੁੰਦਾ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਹੁੰਦੀਆਂ, ਅਤੇ ਟਰਾਲੀਆਂ 'ਤੇ ਫਿਰ ਦੇਗਾਂ ਆਉਂਦੀਆਂ ਵਰਤਣ ਵਾਸਤੇ, ਐਂ ਉੱਥੇ ਲੋਕਾਂ ਦਾ ਇਕੱਠ ਹੁੰਦਾ। ਕਿਉਂ? ਉਹਨਾਂ ਨੂੰ ਪਤਾ ਹੈ ਵੀ ਇਸ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ, ਇਸ ਅਰਦਾਸ ਦੇ ਵਿੱਚ ਇਕੱਠੇ ਹੋਣਾ। ਅਤੇ ਇਸ ਲਈ ਗੁਰਮੁਖ ਪਿਆਰਿਓ, ਸਾਡੇ ਪਾਠੀ ਸਿੰਘ ਵੀ ਪਹੁੰਚ ਗਏ ਹੈ ਅੰਮ੍ਰਿਤ ਛਕ ਕੇ, ਅਤੇ ਅਸੀਂ ਹੁਣ 2-3 ਬੇਨਤੀਆਂ ਇਹ ਕਰਨੀਆਂ। ਸਾਡੇ ਵੈਸੇ ਤਾਂ ਸਾਰੇ ਪਾਠੀ ਸਿੰਘ ਮਰਜ਼ਾਦਾ ਨੂੰ ਜਾਣਦੇ ਹੈ, ਪਰ ਫਿਰ ਵੀ ਇੱਕ ਜਿਵੇਂ ਪਹਿਰੇਦਾਰ ਦਾ ਡਿਊਟੀ ਹੈ, ਅਤੇ ਭਾਈ ਜਿੰਨੇ ਪਾਠੀ ਸਿੰਘ ਗੁਰਮੁਖ ਪਿਆਰੇ ਆਪਣੇ ਪੂਰੀ ਮਰਜ਼ਾਦਾ ਦੇ ਵਿੱਚ ਰਹਿ ਕੇ ਪਾਠ ਕਰਨਾ, ਕਿਸੇ ਨੇ ਅਣਗਹਿਲੀ ਨਹੀਂ ਕਰਨੀ, ਕੋਈ ਟੈਲੀਫੋਨ ਨਹੀਂ ਕੋਲੇ ਰੱਖਣਾ, ਅਤੇ ਇਸ ਤਰ੍ਹਾਂ ਪੂਰੇ ਭਾਏ ਵਿੱਚ ਰਹਿ ਕੇ ਪਾਠ ਕਰਨਾ। ਬਾਬਾ ਜੀ ਕਹਿੰਦੇ ਸੀ ਭਾਏ ਅੰਦਰ ਭਗਤੀ ਹੈ, ਜਿਹੜੇ ਪਹਿਰੇਦਾਰ ਹੈ ਉਹਨਾਂ ਨੇ ਵੀ ਕੋਈ ਢਿੱਲ ਨਹੀਂ ਵਿਖਾਉਣੀ। ਜਿਹੜਾ ਵੀ ਬੰਦਾ ਆਪਦੀ ਡਿਊਟੀ 'ਤੇ ਹੈ, ਜਿਵੇਂ ਲਾਂਗਰੀ ਸਿੰਘ ਹੈ ਅਤੇ ਸਾਡੇ ਜਥੇਦਾਰ ਹੈ ਪਾਠੀ ਸਿੰਘ ਹੈ, ਆਪਣੀਆਂ ਆਪਣੀਆਂ ਡਿਊਟੀਆਂ ਨੂੰ ਤਤਪਰ ਹੋ ਕੇ ਨਿਭਾਉਣਾ, ਅਤੇ ਇਹ ਨਾ ਹੋਵੇ। ਬਾਬਾ ਜੀ ਕਹਿੰਦੇ ਸੀ ਕਲਯੁੱਗ ਕੰਧਾਂ ਵਿੱਚ ਦੀ ਨਹੀਂ ਆਉਂਦਾ, ਬੰਦਿਆਂ ਵਿੱਚ ਦੀ ਆਉਂਦਾ। ਇਸ ਲਈ ਅਸੀਂ ਪੂਰੇ ਤਤਪਰ ਹੋ ਕੇ ਪਹਿਰੇ ਡਿਊਟੀਆਂ ਨਿਭਾਉਣੀਆਂ, ਪੂਰੀ ਮਰਜ਼ਾਦਾ ਵਿੱਚ ਰਹਿ ਕੇ ਇਸ਼ਨਾਨ ਪਾਣ ਕਰਕੇ ਸੁੱਚੇ ਵਸਤਰ ਪਾ ਕੇ ਫਿਰ ਡਿਊਟੀ 'ਤੇ ਆਉਣਾ। ਜਦੋਂ ਅਸੀਂ ਬਾਥਰੂਮ ਵੀ ਜਾਣਾ, ਕੇਸੀ ਇਸ਼ਨਾਨ ਕਰਨੇ ਹੈ ਅਤੇ ਹੱਥ ਪੈਰ ਪੂਰੇ ਧੋਣੇ ਹੈ। ਇਸ ਤਰ੍ਹਾਂ ਜਿਵੇਂ ਤੁਹਾਨੂੰ ਮਰਜ਼ਾਦਾ ਬਾਰੇ ਪਤਾ ਹੈ, ਤੁਹਾਨੂੰ ਜਥੇਦਾਰ ਵੀ ਸਾਰੀਆਂ ਗੱਲਾਂ ਮਗਰੋਂ ਵੀ ਸਮਝਾ ਦੇਵੇਗਾ, ਕਿਸੇ ਬੰਦੇ ਨੇ ਕੋਈ ਢਿੱਲ ਨਹੀਂ ਵਿਖਾਉਣੀ। ਅਤੇ ਇਸ ਤਰ੍ਹਾਂ ਸਾਡੀਆਂ ਇਹ ਤੁਹਾਨੂੰ ਬੜੇ ਸਤਿਕਾਰ ਨਾਲ ਇਹ ਬੇਨਤੀਆਂ, ਭਾਈ ਗੁਰੂ ਸਾਹਿਬ ਬਾਬਾ ਜੀ ਸਾਰਿਆਂ ਨੂੰ ਤੱਕ ਰਹੇ ਹੈ, ਵੇਖ ਰਹੇ ਹੈ, ਉਹਨਾਂ ਦੀ ਸਾਰਿਆਂ 'ਤੇ ਦ੍ਰਿਸ਼ਟੀ ਪੈ ਰਹੀ ਹੈ, ਉਹ ਕਿਤੇ ਨਹੀਂ ਗਏ। ਜਿਵੇਂ ਏਕ ਨਜ਼ਰ ਤਾਰੇ ਗੁਰ ਪੂਰਾ, ਇਹਨਾਂ ਦੀ ਇੱਕ ਨਜ਼ਰ ਹੀ ਏਡੀ ਵੱਡੀ ਹੈ, ਨਦਰੀ ਨਦਰ ਨਿਹਾਲ ਕਰ ਦਿੰਦੀ ਹੈ। ਹੁਣ ਕੀਰਤਨ ਹੋ ਕੇ ਹਟਿਆ, ਭਾਈ ਵਾਹਿਗੁਰੂ ਸੋ ਨੇ ਕੀਰਤਨ ਕੀਤਾ, ਅਤੇ ਹੁਣ ਭਾਈ ਫਿਰ ਹੁਕਮਨਾਮਾ ਹੋਵੇਗਾ, ਫਿਰ ਅਰਦਾਸ ਹੋਵੇਗੀ, ਫਿਰ ਪਾਠ ਪ੍ਰਾਰੰਭ ਹੋਣਗੇ। ਅਸੀਂ ਹੁਣ ਸਮਾਪਤੀ ਕਰਦੇ ਹਾਂ। ਜਿੰਨੀਆਂ ਵੀ ਸੰਗਤਾਂ, ਭਾਈ ਆਪਣੋ ਆਪਣੀਆਂ ਡਿਊਟੀਆਂ ਭਾਈ ਗੁਰਚਰਨ ਸਿੰਘ ਨੂੰ ਕਹਿ ਕੇ ਲੈ ਲਿਓ, ਪ੍ਰਸ਼ਾਦੇ ਪਾਣੀਆਂ ਦੀਆਂ ਡਿਊਟੀਆਂ ਲੈ ਲਿਓ, ਜਿਵੇਂ ਵੀ ਕਿਸੇ ਦਾ ਫੁਰਨਾ ਬਣਦਾ ਉਹ ਗੱਲ ਕਰਕੇ ਸਾਰੇ ਵੱਧ ਚੜ੍ਹ ਕੇ ਸੇਵਾ ਕਰੋ। ਫਿਰ ਦੇਖੋ ਬਾਬਾ ਜੀ ਨੇ ਕਿੰਨੀ ਮਹਾਨ ਕਿਰਪਾ 'ਤੇ ਬਾਬਾ ਜੀ ਨੇ ਤੁਹਾਡੇ 'ਤੇ ਕਿਰਪਾ ਕਰਨੀ ਹੈ। ਅਤੇ ਇਸ ਲਈ ਅਸੀਂ ਹੁਣ ਸਮਾਪਤੀ ਕਰਦੇ ਹਾਂ। ਅੱਜ ਤਾਂ ਅਸੀਂ ਵਾਪਸ ਚਲੇ ਜਾਣਾ, ਫਿਰ ਅਸੀਂ 10-11 ਤਰੀਕ ਨੂੰ ਫਿਰ ਵਾਪਸ ਆ ਜਾਵਾਂਗੇ, ਫਿਰ ਤੁਹਾਡੇ ਦਰਸ਼ਨ ਮੇਲੇ ਹੀ ਕਰਾਂਗੇ, ਜਗ੍ਹਾ 'ਤੇ ਆ ਜਾਵਾਂਗੇ। ਅਤੇ ਇਸ ਤਰ੍ਹਾਂ ਭਾਈ ਹੁਣ ਪਾਠੀ ਸਿੰਘ ਆ ਗਏ ਬਈ, ਅੱਛਾ, ਅਸੀਂ ਹੁਣ ਸਮਾਪਤੀ ਕਰਦੇ ਹਾਂ। ਵਡਿਆਈ ਸੱਚੇ ਨਾਮ ਕੀ, ਇੱਥੇ ਕਿਹਦੀ ਵਡਿਆਈ ਹੈ? ਕਲਯੁੱਗ ਦੇ ਰਾਜ ਵਿੱਚ ਬਾਬਾ ਜੀ ਦੀ ਬਾਣੀ ਦੀ ਵਡਿਆਈ ਹੈ, ਬਾਬਾ ਜੀ ਦੇ ਪਿਆਰੇ ਮਹਾਂਪੁਰਸ਼ਾਂ ਦੀ ਵਡਿਆਈ ਹੈ,
ते इस तरह बड़ियाई सच्चे नाम की हों जीवा सुन सुने। बड़ा तेरा दरबार कीदा दरबार बड़ा है, गुरु नानक का दरबार बड़ा है। बड़ा तेरा दरबार सच्चा तुद ताकत, बड़ी हूँ बड़ा अपार तेरा मर्तबा। तेरा घर आनंद वधाई तुद घर माण महत्ता तेज, अपना आप जर नानक नाम मिले बड़ियाई। एदू उपर करम नहीं जेकर हुंदे मंगण जाइया, फिर अलांबा मिलै तही। बाबा आनंद सिंह जी महाराज ने अरदासा जोदड़ियां करके गुरु ग्रंथ साहब विचों गुरु नानक साहब नू प्रगट करके दर्शन कीते, ताही बाबा आनंद सिंह जी महाराज ने नानक सर नां रखिया। अपने नां ते कोई चीज़ नहीं बनाई, ना बाबा ईसर सिंह जी ने बनाई है, ना बाबा नारायण सिंह जी ने बनाई है, ते किहदे नां ते है? गुरु नानक दे नां ते है। इसलिए भाई सारियां प्यार वालियां गुरु नानक लेवा संगतां बैठियां, साडे सारे संगतां भागां वालियों अमृत छकिया है, जिन्हां नूं कोई रह गया वह भी चूड़ा लै सकदा है। हुण असी समाप्ति करदे हैं, अगला प्रोग्राम साडे जथेदार तो सुनो, असी समाप्ति करदे हैं। जो भी ये विचार है ये बाबा जी दे विचार है, इन्हां नूं धारण करांगे हिरदे विच वसावांगे, फिर सानू की मिलेगा? ये लोक सुखिए परलोक सहेले, नानक हर प्रभ आपे ही मेले। वाहिगुरू जी का खालसा वाहिगुरू जी की फतह। वाहिगुरू जी का खालसा वाहिगुरू जी की फतेह। आपां जितने भी साध संगत बाबा ईसर सिंह जी महाराज के चरण सो प्राप्त धरती ते पहुंचे हाँ, धन धन बाबा आनंद सिंह जी महाराज के अवतार दिहाड़े नूं मुख रखदिया होया, धन धन बाबा नारायण सिंह जी महाराज की कृपा का सदका यही आपां नूं बाबा जी ने दैन दिता है। बाबा आनंद सिंह जी के अवतार दिहाड़े का अति पहला कोतरियां चल दिया सन, अपने ते होर महान कृपा मौजूदा महापुरश धन धन बाबा काला सिंह जी महाराज ने की। 2019 दे विच 11वें महीने दे विच तुकतक वाला संपट खंड पाठ बाबा जी की कृपा का सदका होया। उस तो बाद करोना चल पिया, फिर पिछले साल दो तुकतक वाले संपट अखंड पाठ नाल श्री जपजी साहब दे संपट खंड प्रारंभ करवाए सन। यह संसार दे सरबत दे भले दे लई जो कार्य है महापुरशां दी कृपा दा सदका हो रहे हन। महापुरश दुनिया दे भले दे लई संसार दे विच आउंदे हन, अते आपां नूं कलयुग जीवां नूं तारन दे लई भला करन दे लई इह जो कार्य जप तप का सेवा का आरंभ दे हन वह अपने संगतां दे भले दे लई है। हुण गुरु साहब की कृपा का सदका दो आदि श्री गुरु ग्रंथ साहिब दे श्री संपट खंड पाठ तुकतक वाले नाल एक श्री जपजी साहिब का संपट खंड पाठ तुकतक वाला प्रगाश होणगे। हुण पहला हुक्मनामे ले जाणगे, उस तो बाद अरदास होवेगी, फिर प्रारंभता होवेगी। जपजी साहब दियां पंज पौड़ियां दी उपरंत समूह संगतां नूं बेनती है बई सभना संगतां ने चुप दा दान बख्शदे होए बाहर जा के देख लैणी है। नमस्कार करके बेनती है बई चुप दा दान बख्शदे होए बाहर जा के देख लैणी है। अते बाद दे विच आपां नूं जो भी सभावां लगनगियां ओह संगतां ने वध तों वध करके अपना जीवन सफला करना है। आप जी ने मौजूदा महापुरश धन धन बाबा काला सिंह जी महाराज तो प्रवचन सरवण किए, अगले साल का प्रोग्राम भी
ਸਰਵਣ ਕੀਤਾ। ਦਾਸ ਇਹਦੀ ਸਮਾਪਤੀ ਕਰਦਾ ਹੈ, ਹੁਣ ਦੋ ਹੁਕਮਨਾਮੇ ਸਰਵਣ ਕਰੋ, ਉਸ ਤੋਂ ਬਾਅਦ ਅਰਦਾਸ, ਫਿਰ ਪਰੰਪਰਾ ਪ੍ਰਾਰੰਭਤਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੀ ਸਨਾਨ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਈ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੀ ਸਨਾਨ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਈ ਸੰਤ ਰਾਮ ਨਾਮ ਨਿਸਤਰੀਆ ਉਠਤ ਬੈਠਤ ਹਰ ਹਰ ਧਿਆਇਆ ਆਨੰਦਨ ਸੁਕ੍ਰਿਤ ਕਰੀਆ ਰਾਉ ਸੰਤ ਕਾ ਮਾਰਗ ਧਰਮ ਕੀ ਪਾਉੜੀ ਕੂਬਡ ਭਾਗੀ ਪਾਏ ਕੂਟ ਜਨਮ ਕੇ ਕਿਲ ਬਿਖ ਨਾਸੀ ਹਰ ਚਰਣੀ ਚਿਤ ਲਾਏ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਅੰਤ ਸਭ ਭਈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਨਾਸਣ ਸਭ ਦੁੱਖ ਨਾਸਣ ਸਤਿਗੁਰ ਨਾਮ ਦ੍ਰਿੜਾਇਆ ਖੋਈ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਨਾਸਣ ਸਭ ਦੁੱਖ ਨਾਸਣ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸ਼੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ
तिन की धूर नानक दास बांछै जिन हर नाम हृदय परोई बड़ भागी साध संग प्रापत तिन भेटत दुरमत खोई तिन की धूर नानक दास बांछै जिन हर नाम हृदय परोई गुरु तुम पहिरदास जियो पिंड सब तेरी रास तुम मात पिता हम वारक तेर तुम्हारी कृपा मह सुख कनेर जी कोई न जाने तुम्हारा अंत उचे ते उचा भगवंत सगल समगरे तुम रह सूत्र धार तुम ते हो सो आज्ञाकारी जी तुम्हारी गत मित तुम ही जान नानक दास सदा कुर्बानी जी तुम्हारी गत मित तुम ही जान नानक दास सदा कुर्बानी श्री वाहिगुरु जी वाहिगुरु मेहरबान साहिब मेरा मेहरबान एक ओंकार श्री वाहिगुरु जी की फतेह श्री भगवती सहाय वार श्री भगवती जी की पातशाही दसवीं प्रथम भगवती सिमर कै गुरु नानक लें त्याय फिर अंगद गुर ते अमरदास रामदास हों जी सहाय अर्जन हर गोबिंद नो सिमरू श्री हर राय श्री हर कृष्ण जी त्याई है जस डिठे सब दुख जाए गुर तेग बहादुर सिमरिया घर नौ निधा वैताई सब थाई हों जी सहाय दसवें पातशाह श्री गुरु गोबिंद सिंह महाराज कलंगी धार सब थाई हों जी सहाय सत श्री अकाल पुरख जी का ध्यान तरके खालसा जी साध संगत बोलना जी श्री वाह दसा पातशाह सरूप श्री गुरु ग्रंथ साहिब जागदी जोत हाजरा हजूर जहरा जहूर कलयुग के बोहे थनाम के जहाज हल्द पल्द के राखक लोक परलोक के सहायक हाजर नाजर तिसके पाठ दर्शन ददार जी का ध्यान तरके खालसा जी साध संगत बोलना जी श्री वाह दस पातशाहियां चार सहजादे पंज प्यारे चाली मुक्ते समूह संतां समूह भगतां समूह हठियां जपियां तपियां सतियां समूह सदगवाना शहीदां सिंघां प्यारियां जी की कमाई का ध्यान धरके खालसा जी साध संगत बोलना जी श्री वाह समूह गुर तख्तां समूह गुरद्वारियां झंडियां बुंगियां निशाना जी का ध्यान धरके खालसा जी साध संगत बोलना जी श्री वाह हे अकाल पुरख अंतरयामी श्री गुरु नानक देव निरंकार सुरुचे पातशाह बाबा जी आप जी के हजूर अरदास बेनती है दासां दे सिर ते हथ रखो काम क्रोध लोभ मोह हंकार तो बचाओ नामदान सिखी दान सदक दान भरोसा दान शांति बख्शो तुहाडे चरणा कमलां नाल बण आवे सवासां केसां संग सिखी बख्शो प्रेमा भगती बख्शो सिर ते हथ रखो कलयुग नूं दूर करो दासां दे हिरदिआं दे वसो टुट्टी गंढो जी मेहरबान जो भावे सो कम कराई मेहरबान जो ना भावे सो ना कराई जो भावे सो मत बुद्ध संगत दई जो ना भावे सो ना दई जिथे भावे तिथे रख लै जिथे ना भावे तिथे ना रखी जिथे भी रखी आप जी दे चरणा कमलां विच रखी अखंड भजन बख्शी दरगाह दे बख्शियां दे साजियां नवाजियां गुरमुख प्यारियां दे मेले बख्शी जिस दे मिलने करके सिखी सदक दी प्राप्ति होवे तर दरगाह दी समत मिले आप दे दरों घरों डिगे धक्के नंदक दी संगत ना दई जी मेहरबान ना विसरी ना बसारी ना भुली ना भुलाई आपदिआं नूं आपदे करी सिर ते हथ रखी समत बख्शी हे महाराज जो कीता सो वाह वाह जो करोगे सो वाह वाह जो बैठे कर करा रहे सो पे वाह 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 हे निरंकार सुरुचे पातशाह बाबा जी धन धन हाजर नाजर पिता आदि श्री गुरु ग्रंथ साहिब महाराज आप जी की अपार बख्शिश रहमत का सदका धन धन बाबा आनंद सिंह जी महाराज के अवतार दिहाड़ी नूं मुख रखदिआं होइआं बाबा ईश्वर सिंह जी महाराज की चरण सोह प्राप्त धरती के सच्चे पातशाह जी
आप जी की कृपा मेहर का सदका यह समागम धन धन बाबा नारायण सिंह जी महाराज की कृपा का सदका प्रारंभ होया होया है। सच्चे पातशाह जी मौजूदा महापुरश धन धन बाबा काला सिंह की रहनमाई हेठ इतों के मुख सेवादार बाबा गुरचरण सिंह जी सच्चे पातशाह जी गुलाबी बाग विखे यह समागम शुरू होने लगा है। आप जी की कृपा मेहर का सदका दो आदि श्री गुरु ग्रंथ साहिब के श्री तुक तुक वाले संपट अखंड पाठ नाल एक श्री जप जी साहिब के तुक तुक वाले संपट अखंड पाठ प्रारंभ होने लगे हैं। सच्चे पातशाह जी आप जी ने कृपा करनी पाठी सिंघां सेवादारा सेवा कर बल बोध बख्शना पाठी सिंघां पाठ कर बल बोध बख्शना आईया संगतां की हाजरी लाउणी। सच्चे पातशाह जी आप जी ने कृपा करनी समूह सिख संगतां दे सिर ते मेहरां भरिया हथ रखना नामदान गुरसिखी जन मंगलाचार जय जयकार खुशियां बख्श करनी संगतां दे विच एक हथ बाग बख्शना दिन दुनी रात चौगनी तरक्की बख्श करनी। सच्चे पातशाह जी मेहर करनी कलयुग दे तत्ते झोलियां तों हथ दे के बचाई रखना इसे तरह ही आप जी दे चरणां दे नाल जोड़ी रखना। सच्चे पातशाह जी मेहरां करनियां मौजूदा महापुरश बाबा काला सिंह जी महाराज नूं चढ़दियां कला बख्शना। सच्चे पातशाह जी इस वेले आप जी की कृपा मेहर दा सदका आप जी की हजूरी दे विच पाठी सिंह हाजिर हैं सेवादार पहरेदार सिख संगत हाजिर हैं महापुरश हाजिर हैं। सच्चे पातशाह जी जोत कुंभ धूप सब समगरी हाजिर है जी जे कोई त्रुटि रह गया है तुहाडा अपना कार्ज है आप ही संपूर्ण करना मेहर करनी सुख शांति बरतौनी चढ़दियाँ कला बख्शन। सच्चे पातशाह जी इस वेले प्रारंभता बख्शो आप दिन बख्शियां दातों के बच्चों कड़ा प्रसाद का थाला सज के हाजिर होया है अनक प्रकार भोजन बहु किए बह बिंजन मिष्टाए करी पाक साल सोच पवित्रा हुण लाओ भोग हर राए। सच्चे पातशाह आप जी भोग लाओ आप जी का सीत प्रसाद प्यारी साह संगत को वरते कला वाहेगुरु जी की वरते होर जो भी माई भाई आप जी के हजूर तिल फुल समुचा प्रसाद लेके हाजिर होया है सभना दियाँ हाजरिया लैन सभना गुरसिखी जीवन नाम दसना मेहरा कर रही। सच्चे पास परिवारों के सुख शांति बरतौनी चढ़दियाँ कला बख्शनिया संगतान वध तो वध सभावां करन दी ताकत बल बुद्धि उद्यम बख्शना। सच्चे पास इस वेले प्रारंभता बख्शो आप जी के हजूर जो जी आवे सो राजी जावे मन वास फल पावे श्री गुरु नानक नाम चढ़दी कला तेरे भाणे सरबत दा भला। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है पी सच नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है पी सच नानक होसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है पी सच नानक हुसी पी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है पी सच नानक हुसी पी सच। औखी घड़ी ना देखन दे अपना बिरद संभाले हाथ दे रख अपने गौ सास सास प्रतपाली प्रभ स्यों लाग रहे हो मेरा जीत आदि अंत प्रभ सदा सहाई धन हमारा मीत रहाओ। मन बेलास पे साहिब के अजरई देख बड़ाई हर सिमरु सिमर आनंद कर नानक प्रपूरण पैज रखाई। सतनाम श्री वाहिगुरु एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आदि सच जुगाद सच है पी सच नानक होसी पी सच। औखी घड़ी न देखण दई अपना बिरद संभाले हाथ दे रखे अपने को सास सास प्रतपाले प्रभसों ला करो मेरा चीत आदि अंत प्रभसद सहाई धन हमारा मित्राओ। मन बलास पै साहिब के अचरज दिख वडाई हर सिमर सिमर आनंद कर नानक प्रभ पूर्ण पैज रखाई।
सोचा सोच न हो वै जे सोची लख वार। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिल समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मीत रहाउ। मन बलाह पे साहिब के अचरज देख वडाई हार सिमर सिमर आनंद कर नानक प्रपूर्ण पैज रखाई। चुप है चुप ना हो वई जे लाए रहा लवतार। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। भुखिया भुख न उतरी जे बन्ना पुरिया भार। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। सहस सियाण पालख हो तायकन चला नाल। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। केव सचियारा होई है केव कूड़ा तुटै पाल। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बला पे साहिब के अचरज देख वडाई हर सिमर सिमर आनंद कर नानक प्रपूर्ण पैज रखाई। हुकमर जाई चलना नानक लिखिया नाल। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। सतनाम श्री वाहिगुरु। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। हुक्मी होवण आकार हुक्म न कहिया जाई। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। हुक्मी होवण जी हुक्म मिलै वडियाई। एक ओंकार सतनाम करता पुरख निर्भउ निर्वैर अकाल मूर्त वायुनि सहंगुर प्रसाद जप वार। सचुगाद सच है भी सच नानक होसे भी सच। औखी घड़ी न देखण दई अपना बिर समान ले हाथ दे रखे अपने को सास सास प्रतपाले प्रभसो लाग रहो मेरा चीत आदि अंत प्रभ सदा सहाय धन हमारा मित्र हाउ। मन बलाह पे साहिब के अचरज देख वडाई हर सिमर सिमर आनंद कर नानक प्रपूर्ण पैज रखाई। हुक्मी औतम नीच हुक्म लिख दुख सुख पाई है।
एक ओंकार सतनाम करता पुरख निरभउ निरवैर अकाल मूर्त अयुनिसह महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बलाह पे साहिब के अचिरज देख वडाई हार सिमर सिमर आनंद कर नानक प्रापूर्ण पैज रखाई एक ना हुक्मी बखसी सहाय एक हुक्मी सदा पवाई है एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिया दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बलाह पै साहिब के अचरज देख वडाई हर सिमर सिमर आनंद कर नानक प्रापूर्ण पैज रखाई हुक्म अंदर सब को बाहर हुक्म न कोई एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई नानक हुक्म जे बुझै ता हुम कहे न कोई एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई सतनाम श्री वाहिगुरु एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई गावै को तान हुवै किसै तान एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई गावै को दात जाने निशान एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई गावै को गुण वडियाइया चार एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई गावै को विद्या विखम विचार एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच आउगी घड़ी न देखण दई अपना बिरसमान लिहा दे रखे अपने गौसा सास प्रतपाले प्रसो लाग रहे हो मेरा चीत आदि अंत प्रसदा सहाई धन हमारा मीत रहाउ मन बला पे साहिब के अचरज देख वडाई हर सिमर सिमर आनंद कर नानक प्रापूर्ण पैज रखाई गावै को साज करे तनखे एक ओंकार सतनाम करता पुरख निरभउ निरवैर अकाल मूर्त अयुनिस महंगुर प्रसाद जप आदि सतयुगादि सच है भी सच नानक होसि भी सच
ਆਉਗੀ ਘੜੀ ਨਾ ਦੇਖਣ ਦਾ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਗੁਸਾ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਯਾਦ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰਾ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਗਾਵੈ ਕੋ ਜੀ ਲੈ ਫਿਰ ਦੇ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਪ੍ਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈ ਰਖਾਈ ਗਾਵੈ ਕੋ ਜਾਪੈ ਦਿਸੈ ਦੂਰ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਪ੍ਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਗਾਵੈ ਕੋ ਵੇਖੈ ਹਾਦਰਾ ਹਦੂਰ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਪ੍ਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਕਥਨਾ ਕਥੀਨਾ ਆਵੈ ਤੋਟ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਕਥ ਕਥ ਕਥੀ ਕੋਟੀ ਕੋਟ ਕੋਟ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਦੇਂਦਾ ਦੇ ਲੈਂਦੇ ਥੱਕ ਪਾਹੇ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈ ਰਖਾਈ ਯੁਗਾ ਯੁਗਾਂਤਰ ਖਾਹੀ ਖਾਹੇ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਹੁਕਮੀ ਹੁਕਮ ਚਲਾਏ ਰਾਹ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਨਾਨਕ ਬਿਕਸਾ ਬੇਪਰਵਾਹ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਹਿਗੁਰੂ ਸਾਹਿਬ ਗੁਰ ਪ੍ਰਸਾਦ ਜਪ ਆਦਿ ਸਾਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਉਗੀ ਘੜੀ ਨਾ ਦੇਖਣ ਦੇ ਆਪਣਾ ਬਿਰ ਸਮਾਨ ਲਈ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬਿਰਦ ਪਾਲੇ ਭਰਸੋਂ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਭਰਸ ਦਾ ਸਹਾਈ ਧੰਨ ਹਮਾਰਾ ਮੀਤਰ ਹਾਉ ਮਨ ਬੁਲਾ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਭਰਾ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ
एक ओंकार सतनाम करता पुरख निर्भउ निर्वैर अकाल मूरत वचन सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचर ज देख बडाई हर सिमर सिमर आनंद कर नानक प्रभ पूर्ण पैज रखाई साजा साहिब साच नाए भाख्या भाओ अपार एक ओंकार सतनाम करता पुरख निर्भउ निर्वैर अकाल मूरत वचन सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई आख है मंग है देह देह दात करे दातार एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई फिर कै अगै रखिया जत दिसै दरबार एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई मोह के बोलन बोलिया जैत सुन धरे प्यार एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई अमृत वेला सच नाओ वडियाई विचार एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई करमी आवै कपड़ा नदरी मोख द्वार एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर नारंजन सोए एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई जिन सेविया तिन पाया मान एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ मन बुलाह पै साहिब के आचरज देख बडाई हर सिमर सिमर आनंद कर नानक प्रभ पूर्ण पैज रखाई नानक गाविया गुणी निधान एक ओंकार सतनाम करता पुरख निर्भउ निर्वैर अकाल मूरत वाहिगुरु सह भंग गुर प्रसाद जप आदि सतजुग आदि सच है भी सच नानक हो सी भी सच औखी घड़ी न देखण दई अपना बिर समान ले हाथ दे रखे अपने को सास प्रतपाले प्रसों लाग रहे हो मेरा चीत आदि अंत प्रसदा सहाई धन हमारा मीत रहाओ
मन बुलावे साहिब के अज रज देख बढ़ाई हर सिमर सिमर आनंद कर नानक प्रपूर्ण पैज रखाई गावीए सुनिए मन रखिए भाव एक ओंकार सतनाम करता पुरख निरभउ निरवैर अकाल मूरत वाहिगुरु साहिब पहंगुर प्रसाद जप आद सतजुगाद सच है भी सच नानक होसी भी सच आऊगी घड़ी न देखण दई अपना बिर समान ले आदि राख अपने को सास प्रतपाले प्रसों लाग रहो मेरा चीत आदि अंत प्रसदा सहाई धन हमारा मीत रहाउ मन बुला पै साहिब के आचरज देख बढ़ाई हर सिमर सिमर आनंद कर नानक प्रपूर्ण पैज रखाई दुख पर हर सुख घर लै जाए एक ओंकार सतनाम करता पुरख निरभउ निरवैर अकाल मूरत वाहिगुरु साहिब पहंगुर प्रसाद जप आद सतजुगाद सच है भी सच नानक होसी भी सच आऊगी घड़ी न देखण दई अपना बिर समान ले आदि रखे अपने को सास प्रतपाले प्रसों लाग रहो मेरा चीत आदि अंत प्रसदा सहाई धन हमारा मीत रहाउ मन बुला पै साहिब के आचरज देख बढ़ाई हर सिमर सिमर आनंद कर नानक प्रपूर्ण पैज रखाई गुरमुख नादं गुरमुख वेदं गुरमुख रहया समाई एक ओंकार सतनाम करता पुरख निरभउ निरवैर अकाल मूरत वाहिगुरु साहिब पहंगुर प्रसाद जप आद सतजुगाद सच है भी सच नानक होसी भी सच आऊगी घड़ी न देखण दई अपना बिर समान ले आदि राख अपने को सास प्रतपाले प्रसों लाग रहो मेरा चीत आदि अंत प्रसदा सहाई धन हमारा मीत रहाउ मन बुला पै साहिब के आचरज देख बढ़ाई हर सिमर सिमर आनंद कर नानक प्रपूर्ण पैज रखाई गौरी सर गौर गुरख बरमा गौर पार्वती माई एक ओंकार सतनाम करता पुरख निरभउ निरवैर अकाल मूरत वाहिगुरु साहिब पहंगुर प्रसाद जप आद सतजुगाद सच है भी सच नानक होसी भी सच आऊगी घड़ी न देखण दई अपना बिर समान ले आदि राखे अपने को सास प्रतपाले प्रसों लाग रहो मेरा चीत आदि अंत प्रसदा सहाई धन हमारा मीत रहाउ मन बुला पै साहिब के आचरज देख बढ़ाई हर सिमर सिमर आनंद कर नानक प्रपूर्ण पैज रखाई जे हाँ जाना आखा नाही कहना कथन न जाई एक ओंकार सतनाम करता पुरख निरभउ निरवैर अकाल मूरत वाहिगुरु साहिब पहंगुर प्रसाद जप आद सतजुगाद सच है भी सच नानक होसी भी सच आऊगी घड़ी न देखण दई अपना बिर समान ले आदि राखे अपने को सास प्रतपाले प्रसों लाग रहो मेरा चीत आदि अंत प्रसदा सहाई धन हमारा मीत रहाउ मन बुला पै साहिब के आचरज देख बढ़ाई हर सिमर सिमर आनंद कर नानक प्रपूर्ण पैज रखाई गुरा एक देह बोजाई एक ओंकार सतनाम करता पुरख निरभउ निरवैर अकाल मूरत वाहिगुरु साहिब पहंगुर प्रसाद जप आद सतजुगाद सच है भी सच नानक होसी भी सच आऊगी घड़ी न देखण दई अपना बिर समान ले आदि राखे अपने को सास प्रतपाले प्रसों लाग रहो मेरा चीत आदि अंत प्रसदा सहाई धन हमारा मीत रहाउ मन बुला पै साहिब की आचरज देख बढ़ाई हर सिमर सिमर आनंद कर नानक प्रपूर्ण पैज रखाई सबन जिया का एक दाता सो मैं विसर न जाई।